ਚੰਡੀਗੜ੍ਹ ਤੋਂ ਬੀਜੇਪੀ ਨੇ ਆਪਣਾ ਕੈਂਡੀਡੇਟ ਲੋਕ ਸਭਾ ਚੋਣਾਂ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ। ਸੰਜੇ ਟੰਡਨ ਨੂੰ ਚੰਡੀਗੜ੍ਹ ਤੋਂ ਟਿਕਟ ਦੇ ਕੇ ਨਿਵਾਜਿਆ ਗਿਆ। ਮੌਜੂਦਾ ਟਾਈਮ ਦੇ ਵਿੱਚ ਕਿਰਨ ਖੇਰ ਚੰਡੀਗੜ੍ਹ ਤੋਂ ਬੀਜੇਪੀ ਦੀ ਤਰਫੋਂ ਸਾਂਸਦ ਨੇ ਤਾਂ ਚੰਡੀਗੜ੍ਹ ਦੀ ਸਿਆਸਤ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ। ਪਹਿਲੇ ਉਮੀਦਵਾਰ ਐਲਾਨ ਕੀਤਾ ਸੰਜੇ ਟੰਡਨ ਨੂੰ ਭਾਜਪਾ ਨੇ ਉਮੀਦਵਾਰ ਐਲਾਨਿਆ, ਮਤਲਬ ਕਿਰਨ ਖੇਰ ਦੀ ਟਿਕਟ ਇੱਥੋਂ ਕੱਟ ਦਿੱਤੀ ਗਈ ਹੈ। ਤਾਂ ਕਿਰਨ ਖੇਰ ਦੀ ਟਿਕਟ ਚੰਡੀਗੜ੍ਹ ਤੋਂ ਕੱਟ ਦਿੱਤੀ ਗਈ ਹੈ। ਚੰਡੀਗੜ੍ਹ ਦੀ ਸਿਆਸਤ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ। ਚੰਡੀਗੜ੍ਹ ਦੇ ਵਿੱਚ ਭਾਜਪਾ ਨੇ ਪਹਿਲੇ ਉਮੀਦਵਾਰ ਦਾ ਐਲਾਨ ਕੀਤਾ ਸੰਜੇ ਟੰਡਨ ਨੂੰ ਭਾਜਪਾ ਨੇ ਉਮੀਦਵਾਰ ਐਲਾਨ ਦਿੱਤਾ। ਸੰਜੇ ਟੰਡਨ ਇੱਥੇ ਉਮੀਦਵਾਰ ਹੋਣਗੇ। ਚੰਡੀਗੜ੍ਹ ਤੋਂ ਸੰਜੇ ਟੰਡਨ ਨੂੰ ਉਮੀਦਵਾਰ ਐਲਾਨਿਆ ਗਿਆ ਭਾਜਪਾ ਦੇ ਵੱਲੋਂ। ਤਾਂ ਚੰਡੀਗੜ੍ਹ ਦੀ ਸਿਆਸਤ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਚੰਡੀਗੜ੍ਹ ਤੋਂ ਬੀਜੇਪੀ ਦੇ ਵੱਲੋਂ ਕੈਂਡੀਡੇਟ ਹੈ ਜਿਹੜਾ ਉਹ ਐਲਾਨ ਦਿੱਤਾ ਗਿਆ। ਪਹਿਲੇ ਉਮੀਦਵਾਰ ਦਾ ਐਲਾਨ ਕੀਤਾ ਚੰਡੀਗੜ੍ਹ ਦੇ ਵਿੱਚ ਸੰਜੇ ਟੰਡਨ ਨੂੰ ਭਾਜਪਾ ਨੇ ਉਮੀਦਵਾਰ ਐਲਾਨਿਆ, ਮਤਲਬ ਕਿ ਕਿਰਨ ਖੇਰ ਦੀ ਟਿਕਟ ਇੱਥੋਂ ਕੱਟ ਦਿੱਤੀ ਗਈ ਹੈ। ਸੰਜੇ ਟੰਡਨ ਨੂੰ ਭਾਜਪਾ ਨੇ ਉਮੀਦਵਾਰ ਐਲਾਨਿਆ। ਸੰਜੇ ਟੰਡਨ ਕਾਫੀ ਸਮੇਂ ਤੋਂ ਭਾਜਪਾ ਦੇ ਨਾਲ ਜੁੜੇ ਹੋਏ ਸੀ। ਤਾਂ ਜਿਵੇਂ ਸੰਜੇ ਟੰਡਨ ਨਾਲ ਇਸ ਮੁਤਾਲਕ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਦੇ ਨਾਲ ਨਿਭਾਉਣਗੇ। ਚੰਡੀਗੜ੍ਹ ਤੋਂ ਸਿਆਸਤ ਨਾਲ ਜੁੜੀ ਹੋਈ ਵੱਡੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ। ਬੀਜੇਪੀ ਦੇ ਵੱਲੋਂ ਆਪਣਾ ਉਮੀਦਵਾਰ ਹੈ ਜਿਹੜਾ ਐਲਾਨ ਦਿੱਤਾ ਗਿਆ ਸੰਜੇ ਟੰਡਨ ਨੂੰ, ਇੱਥੇ ਬੀਜੇਪੀ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ। ਪਹਿਲੇ ਉਮੀਦਵਾਰ ਦਾ ਐਲਾਨ ਬੀਜੇਪੀ ਦੇ ਵੱਲੋਂ ਕੀਤਾ ਗਿਆ ਤਾਂ ਫਸਟ ਉਮੀਦਵਾਰ ਹੈ ਜਿਹੜਾ ਬੀਜੇਪੀ ਦੇ ਵੱਲੋਂ ਉਤਾਰ ਦਿੱਤਾ ਗਿਆ ਚੋਣ ਮੈਦਾਨ ਦੇ ਵਿੱਚ। ਤਾਂ ਚੋਣ ਮੈਦਾਨ ਦਾ ਅਖਾੜਾ ਜਿਹੜਾ ਮਗਦਾ ਹੋਇਆ ਨਜ਼ਰ ਆ ਰਿਹਾ ਹੈ। ਚੰਡੀਗੜ੍ਹ ਦੇ ਵਿੱਚ ਚੋਣ ਮੈਦਾਨ ਦਾ ਅਖਾੜਾ ਮਗਦਾ ਹੋਇਆ ਨਜ਼ਰ ਆ ਰਿਹਾ ਹੈ। ਬੀਜੇਪੀ ਦੇ ਵੱਲੋਂ ਕਿਰਨ ਖੇਰ ਦਾ ਟਿਕਟ ਕੱਟ ਦਿੱਤਾ ਗਿਆ ਤਾਂ ਸੰਜੇ ਟੰਡਨ ਨੂੰ ਉਮੀਦਵਾਰ ਇੱਥੋਂ ਬਣਾ ਦਿੱਤਾ ਗਿਆ। ਤਾਂ ਸੰਜੇ ਟੰਡਨ ਨੂੰ ਇੱਥੋਂ ਬੀਜੇਪੀ ਦੀ ਤਰਫੋਂ ਚੋਣ ਲੜਨਗੇ। ਕਿਰਨ ਖੇਰ ਦੀ ਟਿਕਟ ਕੱਟਣ ਦੀ ਵਜ੍ਹਾ ਕੀ ਰਹੀ ਤਾਂ ਸਹਿਯੋਗੀ ਰੋਹਿਤ ਬੰਸਲ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਰੋਹਿਤ ਦਾ ਰੁਖ ਕਰਦੇ ਹਾਂ ਤੇ ਰੋਹਿਤ, ਕਿਰਨ ਖੇਰ ਦੀ ਟਿਕਟ ਕੱਟ ਦਿੱਤੀ ਗਈ ਹੈ, ਸੰਜੇ ਟੰਡਨ ਨੂੰ ਬੀਜੇਪੀ ਨੇ ਉਮੀਦਵਾਰ ਐਲਾਨ ਦਿੱਤਾ। ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕੁਛ ਹੋਰ ਅਪਡੇਟਸ ਨੇ, ਕੀ ਵਜ੍ਹਾ ਰਹੀ ਕਿਰਨ ਖੇਰ ਦਾ ਟਿਕਟ ਕੱਟਣ ਦੀ ਤੇ ਸੰਜੇ ਟੰਡਨ ਦੇ ਲਈ ਪ੍ਰਾਇਓਰਟੀ ਕਿਉਂ ਵਿਖਾਈ ਬੀਜੇਪੀ ਨੇ? ਦੇਖੋ, ਸਾਫ਼ ਤੌਰ 'ਤੇ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਹੈਰਾਨੀ ਵਾਲੀ ਗੱਲ ਇਸ ਦੇ ਵਿੱਚ ਕੋਈ ਨਜ਼ਰ ਨਹੀਂ ਆਉਂਦੀ ਸੀ, ਕਿਉਂਕਿ ਕਿਰਨ ਖੇਰ ਖੁਦ ਵੀ ਕਹਿ ਚੁੱਕੀ ਸੀ ਕਿ ਉਹ ਇਲੈਕਸ਼ਨ ਲੜਨ ਦੀ ਇੱਛੁਕ ਨਹੀਂ ਹੈ। ਔਰ ਦੂਸਰਾ, ਜਿਸ ਤਰੀਕੇ ਦੇ ਨਾਲ ਕਿਰਨ ਖੇਰ ਦੀ ਲਗਾਤਾਰ ਕਹਿ ਲਈਏ ਕਿ ਇੱਕ ਬਿਮਾਰੀ ਸਾਹਮਣੇ ਆ ਰਹੀ ਸੀ, ਉਹ ਵੀ ਇੱਕ ਵਜ੍ਹਾ ਬਣੀ ਹੈ। ਤੀਸਰੀ ਚੀਜ਼ ਇਹ ਸੀ ਕਿ ਕਿਰਨ ਖੇਰ ਜ਼ਿਆਦਾਤਰ ਬੰਬੇ ਦੇ ਵਿੱਚ ਬਿਜ਼ੀ ਰਹੀ ਹੈ, ਪੰਜਾਬ ਦੇ ਨਾਲ ਲੱਗਦੀ ਰਾਜਧਾਨੀ ਪੰਜਾਬ ਦੀ ਚੰਡੀਗੜ੍ਹ ਦੇ ਅੰਦਰ ਜਿਹੜੀ ਉਹਨਾਂ ਦੀ ਹਾਜ਼ਰੀ ਬਹੁਤ ਘੱਟ ਦਿਖਾਈ ਦਿੰਦੀ ਸੀ। ਇਸ ਚੀਜ਼ ਤੋਂ ਲੋਕਲ ਲੀਡਰਸ਼ਿਪ ਵੀ ਪਰੇਸ਼ਾਨ ਸੀ। ਔਰ ਦੂਸਰੀ ਚੀਜ਼ ਜਿਹੜੀ ਪਿਛਲੇ ਸਾਲਾਂ ਦੇ ਅੰਦਰ ਨਜ਼ਰ ਆਈ ਹੈ, ਚਾਹੇ ਗੁਰਦਾਸਪੁਰ ਤੋਂ ਤੁਸੀਂ ਦੇਖਿਆ ਹੋਊਗਾ ਕਿ ਸੰਨੀ ਦਿਓਲ ਨੂੰ ਟਿਕਟ ਦਿੱਤੀ, ਸੰਨੀ ਦਿਓਲ ਉਸ ਹਲਕੇ ਦੇ ਅੰਦਰ ਤੋਂ ਨਜ਼ਰ ਨਹੀਂ ਆਇਆ। ਨਾਲ ਦੀ ਨਾਲ ਕਿਰਨ ਖੇਰ ਨੂੰ ਦੋ ਵਾਰ ਟਿਕਟ ਇਸ ਜਗ੍ਹਾ ਤੋਂ ਦਿੱਤੀ, ਕਿਰਨ ਖੇਰ ਇਸ ਜਗ੍ਹਾ ਤੋਂ ਨਜ਼ਰ ਨਹੀਂ ਆਈ। ਤਾਂ ਲੋਕਲ ਲੀਡਰਸ਼ਿਪ ਵੀ ਨਾਰਾਜ਼ ਸੀ, ਲੋਕਲ ਲੋਕ ਵੀ ਨਾਰਾਜ਼ ਸੀ। ਔਰ ਇਹੀ ਇੱਕ ਕਾਰਨ ਸੀ ਕਿ ਲੋਕਾਂ ਦੇ ਅੰਦਰ ਇੱਕ ਚੀਜ਼ ਚੱਲ ਰਹੀ ਸੀ ਕਿ ਤੁਸੀਂ ਬਾਹਰਲੇ ਕਿਸੇ ਵਿਅਕਤੀ ਨੂੰ ਟਿਕਟ ਦੇ ਦਿੰਦੇ ਹੋ ਔਰ ਉਸ ਤੋਂ ਬਾਅਦ ਉਹ ਹਲਕੇ ਦੇ ਅੰਦਰ ਨਜ਼ਰ ਨਹੀਂ ਆਉਂਦਾ। ਔਰ ਇਹੀ ਨਾਰਾਜ਼ਗੀ ਦਾ ਕਾਰਨ ਬਣਿਆ ਕਿ ਜਿਹੜੀ ਕਿਰਨ ਖੇਰ ਦੀ ਟਿਕਟ ਕੱਟ ਦਿੱਤੀ ਗਈ ਹੈ, ਕਿਰਨ ਖੇਰ ਨੂੰ ਟਿਕਟ ਦੁਬਾਰਾ ਤੋਂ ਨਹੀਂ ਦਿੱਤੀ ਗਈ ਹੈ। ਨਾਲ ਦੀ ਨਾਲ ਸੰਜੇ ਟੰਡਨ ਦਾ ਮੈਂ ਜ਼ਿਕਰ ਕਰ ਲਾਂ, ਚੰਡੀਗੜ੍ਹ ਦੇ ਵਿੱਚ ਕਹਿ ਲਈਏ ਕਿ ਪੁਰਾਣੇ ਬੀਜੇਪੀ ਦੇ ਲੀਡਰ ਨੇ, ਸ਼ੁਰੂ ਤੋਂ ਬੀਜੇਪੀ ਦੇ ਨਾਲ ਜੁੜੇ ਹੋਏ ਰਹੇ ਨੇ। ਜਨਸੰਘ ਤੋਂ ਸ਼ੁਰੂਆਤ ਹੈ ਜਿਹੜੀ ਉਹ ਸੰਜੇ ਟੰਡਨ ਦੀ ਹੁੰਦੀ ਹੈ। 1963 ਦੇ ਵਿੱਚ ਜਿਹੜਾ ਬਰਥ ਹੈ ਉਹ ਸੰਜੇ ਟੰਡਨ ਦਾ ਹੋਇਆ ਸੀਗਾ। ਔਰ ਸੰਜੇ ਟੰਡਨ ਜਿਹੜੇ ਕਹਿ ਲਈਏ ਕਿ ਬੀਜੇਪੀ ਦੇ ਅਲੱਗ ਅਲੱਗ ਅਹੁਦਿਆਂ ਦੇ ਉੱਪਰ, ਖਾਸ ਤੌਰ 'ਤੇ ਜ਼ਿਕਰ ਉਹਨਾਂ ਦੇ, ਮੈਂ ਕਹਾਂ ਕਿ ਜ਼ਿਕਰ ਕਰ ਲਾਂ, ਉਹਨਾਂ ਦੇ ਜਿਹੜੇ ਫਾਦਰ ਨੇ ਬਲਰਾਮ ਜੀ ਦਾਸ ਟੰਡਨ, ਬਲਰਾਮ ਜੀ ਦਾਸ ਟੰਡਨ ਵੀ ਜਿਹੜੀ ਕਹਿ ਲਈਏ ਕਿ ਚੰਡੀਗੜ੍ਹ ਦੀ ਰਾਜਨੀਤੀ ਦੇ ਵਿੱਚ, ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਨਾਮ ਬਲਰਾਮ ਜੀ ਦਾਸ ਟੰਡਨ ਦਾ ਰਿਹਾ ਹੈਗਾ। ਜਿਹੜੇ ਇਸ ਜਗ੍ਹਾ ਤੋਂ ਜਿੱਤਦੇ ਵੀ ਰਹੇ ਨੇ, ਉਸ ਤੋਂ ਬਾਅਦ ਗਵਰਨਰ ਦੇ ਅਹੁਦਿਆਂ ਦੇ
ਦੇ ਤੌਰ ਤੇ ਬਲਰਾਮ ਜੀ ਦਾਸ ਟੰਡਨ ਨੇ ਜਿਹੜੀ ਕਹੀਏ ਕਿ ਅਹਿਮ ਭੂਮਿਕਾ ਉਹਨਾਂ ਦੇ ਵੱਲੋਂ ਨਿਭਾਈ ਗਈ ਆ। ਔਰ ਬੀਜੇਪੀ ਦੇ ਇੱਕ ਪੁਰਾਣੇ ਕੈਡਰ ਦੇ ਵਰਕਰ ਨੇ, ਆਰਐਸਐਸ ਦੇ ਨਾਲ ਜੁੜਿਆ ਹੋਇਆ ਪੂਰੇ ਦਾ ਪੂਰਾ ਪਰਿਵਾਰ ਹੈਗਾ, ਔਰ ਇੱਕ ਕਹੀਏ ਕਿ ਵਫਾਦਾਰ ਸਿਪਾਹੀ ਦੇ ਤੌਰ ਤੇ ਜਿਹੜਾ ਕਹੀਏ ਕਿ ਸੰਜੇ ਟੰਡਨ ਦਾ ਨਾਮ ਹੈ ਉਹ ਹਮੇਸ਼ਾ ਆਉਂਦਾ ਰਿਹਾਗਾ। ਫਿਰ ਚਾਹੇ ਉਹ ਬੀਜੇਪੀ ਪ੍ਰੈਜ਼ੀਡੈਂਟ ਦੇ ਤੌਰ ਤੇ ਹੋਵੇ, ਚਾਹੇ ਇੱਥੋਂ ਐਮਸੀ ਜੜਨਾ ਹੋਵੇ, ਚਾਹੇ ਮੇਅਰ ਵਰਗੇ ਇਲੈਕਸ਼ਨ ਹੋਣ, ਤਮਾਮ ਉਹ ਚੀਜ਼ਾਂ ਨੇ ਜਦੋਂ ਸੰਜੇ ਟੰਡਨ ਨੇ ਅਹਿਮ ਭੂਮਿਕਾ ਜਿਹੜੀ ਬੀਜੇਪੀ ਦੀ ਲਈ ਨਿਭਾਈ ਆ। ਔਰ ਇਹੀ ਇੱਕ ਕਾਰਨ ਹੈ ਕਿ ਜਿਹੜੀ ਚੰਡੀਗੜ੍ਹ ਦੇ ਆਮ ਲੋਕਾਂ ਦੇ ਵਿੱਚ ਇੱਕ ਜਾਣਿਆ ਪਛਾਣਿਆ ਨਾਮ ਹੈਗਾ ਉਹ ਸੰਜੇ ਟੰਡਨ ਦਾ ਹੈ। ਲੋਕਲ ਲੀਡਰਸ਼ਿਪ ਦੇ ਵਿੱਚ ਸੰਜੇ ਟੰਡਨ ਦਾ ਇੱਕ ਚੰਗਾ ਸਤਿਕਾਰ ਹੈਗਾ, ਇਸ ਟੰਡਨ ਪਰਿਵਾਰ ਦਾ ਪੂਰੇ ਦਾ ਇੱਕ ਬੀਜੇਪੀ ਦੇ ਵਿੱਚ ਚੰਗਾ ਰਸੂਖ ਰੱਖਿਆ ਜਾਂਦਾ ਹੈਗਾ। ਔਰ ਇਹੀ ਉਹ ਕਾਰਨ ਸੀ ਕਿ ਜਿਹੜੀ ਇੱਕ ਲੰਮੇ ਸਮੇਂ ਦੀ ਇਮਾਨਦਾਰੀ ਜਾਂ ਇੱਕ ਲੰਮੇ ਸਮੇਂ ਦੀ ਉਹਨਾਂ ਦੇ ਪਾਰਟੀ ਦੇ ਨਾਲ ਜੁੜਿਆ ਹੋਣ ਦਾ ਲਗਾਵ ਹੈਗਾ, ਜਿਹੜਾ ਉਹ ਸੰਜੇ ਟੰਡਨ ਨੂੰ ਕੰਮ ਦਿੱਤਾ ਹੈਗਾ, ਉਹਨਾਂ ਦੇ ਪਿਤਾ ਦੀ ਮਿਹਨਤ, ਸੰਜੇ ਟੰਡਨ ਦੀ ਖੁਦ ਦੀ ਮਿਹਨਤ ਕਿ ਅੱਜ ਉਹਨਾਂ ਨੂੰ ਬੀਜੇਪੀ ਦੇ ਵੱਲੋਂ ਉਮੀਦਵਾਰ ਘੋਸ਼ਿਤ ਕਰ ਦਿੱਤਾ ਗਿਆ। ਹਾਲਾਂਕਿ ਇੱਕ ਪੰਜਾਬੀ ਪਰਿਵਾਰ ਹੈ, ਪੰਜਾਬੀ ਬੋਲਦਾ ਟੰਡਨ, ਪਰ ਕਈ ਨਾਮ ਨੇ ਜਿਹੜੇ ਰੇਸ ਦੇ ਵਿੱਚ ਸੀ, ਸੰਜੇ ਟੰਡਨ ਹੋਣ ਜਾਂ ਫਿਰ ਸਤਿਆਪਾਲ ਜੈਨ ਹੋਣ ਜਾਂ ਅਰੁਣ ਸੂਦ ਹੋਣ ਜਾਂ ਸਾਬਕਾ ਮੇਅਰ ਸਰਵਜੀਤ ਕੌਰ ਹੋਣ, ਇਹ ਵੀ ਰੇਸ ਦੇ ਵਿੱਚ ਸੀ। ਫਿਰ ਪਾਰਟੀ ਦੇ ਵੱਲੋਂ ਸੰਜੇ ਟੰਡਨ ਤੇ ਇੰਨਾ ਜ਼ਿਆਦਾ ਭਰੋਸਾ ਜਿਤਾਉਣ ਦਾ ਕੀ ਕਾਰਨ ਰਿਹਾ ਹੋ ਸਕਦਾ ਰੋਹਿਤ, ਕਿਉਂਕਿ ਉਹ ਵੀ ਸਾਰੇ ਪੁਰਾਣੇ ਲੀਡਰ ਨੇ, ਬੀਜੇਪੀ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਜੁੜੇ ਰਹੇ ਨੇ। ਦੇਖੋ, ਦੋ ਤਿੰਨ ਚੀਜ਼ਾਂ ਬੇਹਦ ਅਹਿਮ ਹੁੰਦੀਆਂ, ਜਦੋਂ ਵੀ ਪਾਰਟੀ ਕਿਸੇ ਨੂੰ ਟਿਕਟ ਦਿੰਦੀ ਹੈ ਤਾਂ ਉਸ ਲੀਡਰ ਦੀ ਰੀਚ ਕਿੰਨੀ ਕੁ ਰਹੀ ਹੈ।